ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਲਾਵਲ ਮਹੱਲਾ ਪੰਜਵਾ ਤੁੰਤਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜੀ ਬਿਲਾਵਲ ਰਾਗ ਦੇ ਅੰਦਰ ਪਾਵਨ ਕਿਰਪਾ ਕਰੇ ਹਨ ਬਾਲ ਹਰ ਗੋਬਿੰਦ ਜੀ ਦੀ ਰੱਖਿਆ ਦਾ ਸ਼ਬਦ ਉਚਾਰਨ ਕਰਦੇ ਹਨ ਆਪਣੇ ਬਾਲਕ ਆਪ ਰੱਖਿਆਨ ਪਾਰ ਬ੍ਰਹਮ ਗੁਰਦੇਵ ਪਾਰ ਬ੍ਰਹਮ ਪ੍ਰਭੂ ਜੀ ਅਤੇ ਗੁਰਦੇਵ ਪੂਜਨੀਕ ਗੁਰੂ ਜੀ ਨੇ ਵਾ ਪ੍ਰਭੂ ਸਰੂਪ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਪਣੇ ਆਪ ਦੇ ਬਾਲਕ ਬੱਚੇ ਹਰ ਗੋਬਿੰਦ ਨੂੰ ਵਾਜ ਗਿਆ ਸੁਜਨਾ ਨੂੰ ਆਪ ਕਿਰਪਾ ਕਰਕੇ ਰਖਣਾ ਕੀਤਾ ਹੈ ਸੁਖ ਸ਼ਾਂਤ ਸਹਿਜ ਆਨੰਦ ਪਏ ਪੂਰਨ ਪਈ ਸੇਵ ਰਹਾਉ ਗੁਰਾਂ ਦੀ ਕਿਰਪਾ ਸਦਕਾ ਸੁਭਾਵਕ ਹੀ ਸਾਰੇ ਸੋਖ ਸ਼ਾਂਤੀ ਅਤੇ ਆਨੰਦ ਪ੍ਰਾਪਤ ਹੋਏ ਹਨ ਪੁਨਾ ਗੁਰਾਂ ਦੀ ਕੀਤੀ ਸੇਵਾ ਟਹਿਲਵੀ ਪੂਰੀ ਸਫਲੀ ਹੋ ਗਈ ਹੈ ਰਹਾਉ ਬਿਸਰਾਮ ਦੇ ਕੀ ਪਾਤਸ਼ਾਹ ਕਿਰਪਾ ਕਰ ਰਿਹਾ ਭਗਤ ਜਨਾਕੀ ਬੇਨਤੀ ਸੁਣੀ ਪ੍ਰਭ ਆਪ ਇਹ ਭਾਈ ਆਪਣੀ ਭਗਤੀ ਕਰਨ ਵਾਲੇ ਭਗਤ ਜਨਾਂ ਦੀ ਸੇਵਕ ਜਨਾਂ ਦੀ ਬੇਨਤੀ ਅਰਜੋਈ ਪ੍ਰਭੂ ਪਿਆਰੇ ਪਰਮੇਸ਼ਰ ਨੇ ਆਪ ਸੁਣਨਾ ਕੀ ਦੀ ਹੈ ਰੋਗ ਮਿਟਾਏ ਜੀਵਾਲੇਨ ਜਾ ਕਾ ਵੱਡ ਪਰਤਾਪ ਜਿਸ ਪ੍ਰਭੂ ਦਾ ਵੱਡ ਕੀ ਇਹ ਵੱਡਾ ਸ੍ਰੇਸ਼ਟ ਤੇਜ ਪ੍ਰਭਾਵ ਹੈ ਉਸ ਨੇ ਆਪਣੇ ਭਗਤਾਂ ਦੇ ਅ ਗਿਆਨ ਆਦ ਰੋਗ ਮਿਟਾਏ ਨਿਵਰਤ ਕਰਕੇ ਆਪਣੇ ਸਰੂਪ ਵੱਲ ਜਿਉਂਦੇ ਕੀਤੇ ਹਨ ਪਾਪ ਕਹਿਣ ਤੋਂ ਜੀਵਨ ਮੁਕਤੀ ਬਖਸ਼ਿਸ਼ ਕੀਤੀ ਹੈ ਦੁੱਖ ਹਮਾਰੇ ਬਖਸਿਆਨ ਆਪਣੀ ਗਲ ਧਾਰੀ ਪ੍ਰਭੂ ਨੇ ਸਾਡੇ ਸਾਰੇ ਸਬਦ ਸਪਰਸ਼ ਆਦਿ ਵਿਸ਼ਿਆਂ ਰੂਪੀ ਜਿਹੜੇ ਦੋਸ਼ ਸਨ ਏਬ ਸਨ ਉਹ ਬਖਸ਼ ਦਿੱਤੇ ਹਨ ਅਤੇ ਆਪਣੀ ਕਲ ਸ਼ਕਤੀ ਧਾਰਨਾ ਕੀਤੀ ਹੈ ਵਾ ਭਗਤਾਂ ਦੇ ਅੰਦਰ ਆਪਣੀ ਕਲ ਸ਼ਾਂਤੀ ਧਾਰਨ ਕਰਵਾਈ ਹੈ ਮਨ ਬਾਛਤ ਫਲ ਦਿੱਤੇ ਹਨ ਨਾਨਕ ਬਲਹਾਰੀ ਉਸ ਪ੍ਰਭੂ ਨੇ ਆਪਣੇ ਭਗਤਾਂ ਨੂੰ ਮਨ ਬਾਛਤ ਮਨ ਪਾਉਂਦੇ ਸਾਰੇ ਫਲ ਦੇਣਾ ਕੀਤੇ ਹਨ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਕਿ ਅਸੀਂ ਉਸ ਪ੍ਰਭੂ ਦੇ ਉਪਰ ਮਨ ਬਾਣੀ ਸਰੀਰ ਕਰਕੇ ਕੁਰਬਾਨ ਜਾਂਦੇ ਹਾਂ ਰਾਗ ਬਿਲਾਵਲ ਮਹੱਲਾ ਪੰਜਵਾ ਚੌਪਦੀ ਦੁਪਦੀ ਘਰ ਛੇਵਾ ਇੱਕ ਊ ਅੰਕਾਰ ਸਤਗੁਰ ਪ੍ਰਸਾਦ ਰਾਗ ਬਿਲਾਵਲ ਦੇ ਅੰਦਰ ਮਹੱਲਾ ਪੰਜਵਾ ਪੰਜਵੇਂ ਸਰੂਪ ਸ੍ਰੀ ਗੁਰੂ ਅਰਜਨ ਦੇਵ ਸਹਿਬ ਮਹਾਰਾਜ ਜੀ ਛੇਵੇਂ ਸੁਰਤਾਲ ਘਰ ਵਿੱਚ ਚੌਪਦੇ ਚਾਰ-ਚਾਰ ਪਦਿਆਂ ਵਾਲੇ ਅਤੇ ਦੁਪਦੇ ਦੋ-ਦੋ ਪਦਿਆਂ ਵਾਲੇ ਸ਼ਬਦ ਉਚਾਰਨ ਕਰ ਰਹੇ ਆਂ ਵਾਹ ਮਨੁਪਦੇਸ਼ ਬਖਸ਼ਿਸ਼ ਕਰਦੇ ਆ ਇੱਕ ਅਦੁੱਤੀ ਪਰਮੇਸ਼ਰ ਵਾਹਿਗੁਰੂ ਬ੍ਰਹਮ ਓੰਕਾਰ ਸਰਬਦਾ ਪ੍ਰਕਾਸ਼ਿਕ ਜੋ ਸਤਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪਾਇਆ ਜਾਂਦਾ ਹੈ ਮੇਰੇ ਮੋਹਨ ਸ੍ਰਵਣੀ ਇਹ ਨ ਸੁਨਾਏ ਏ ਮੇਰੇ ਮੋਹਨ ਮਨ ਨੂੰ ਮੋਹ ਲੈਣ ਵਾਲੇ ਪ੍ਰਭੂ ਵਾ ਮੋਹ ਮੋਹ ਨੂੰ ਹਨ ਨਾਸ਼ ਕਰਨ ਵਾਲੇ ਪ੍ਰਭੂ ਮੈਨੂੰ ਸਰਵਣੀ ਕੰਨਾਂ ਦੁਆਰਾ ਇਹ ਸਾਖਤ ਬੇਮੁਖ ਪੁਰਖਾਂ ਦੇ ਬੋਲ ਨਾ ਸੁਣਾਈ। ਭਾਵ ਸਾਖਤ ਦੇ ਬੋਲਾਂ ਦੀ ਆਵਾਜ਼ ਮੇਰੇ ਕੰਨਾਂ ਵਿੱਚ ਨਾ ਪਵੇ। ਸਾਖਤ ਗੀਤ ਨਾਦ ਧੁਨ ਗਾਵਤ ਬੋਲਤ ਬੋਲ ਅਜਾਏ ਰਹਾਉ। ਜੋ ਸਾਖਤ ਕਠੋਰ ਚਿਤ ਵਾਲੇ ਬੇਮੁਖ ਪੁਰਖ ਦੁਨੀਆਦਾਰੀ ਵਾਲੇ ਗੰਦੇ ਮੰਦੇ ਗੀਤ ਗਾਉਂਦੇ ਆ ਤੇ ਨਾਦ ਵਾਜਿਆਂ ਦੀਆਂ ਧੁਨਾ ਲਾਉਂਦੇ ਵਾਹ ਵਾਜੀਆਂ ਦੀਆਂ ਤੁਨਾ ਕਰਕੇ ਮੰਦੇ ਗੀਤਾਂ ਨੂੰ ਗਾਉਂਦੇ ਹਨ ਅਤੇ ਅਜਾਏ ਵਿਅਰਥ ਵਾ ਅਜਾਏ ਸਰੂਪ ਰੂਪੀ ਜਾਏ ਜਗਾ ਤੋਂ ਆ ਕਈਏ ਰਹਿਤ ਕਰਨ ਵਾਲੇ ਬੋਲ ਵਾਕ ਬੋਲਤ ਬੋਲਦੇ ਹਨ ਪਾਵਿਕ ਸਾਗਤਾਂ ਦੇ ਗੀਤ ਦੂਜਾ ਵਾਜੀਆਂ ਦੀਆਂ ਤੁਨਾ ਅਤੇ ਵਿਅਰਥ ਵਾਕਾਂ ਨੂੰ ਸੁਣਾਉਣਾ ਨਾ ਕਰੀ ਰਹਾਉ ਬਿਸਰਾਮ ਦੀ ਕੀ ਫਰਮਾਉਂਦੇ ਆ ਸੇਵਤ ਸੇਵ ਸੇਵ ਸਾਧ ਸੇਵੋ ਸਦਾ ਕਰੋ ਕਿਰਤਾਏ ਸੇਵਨੇ ਵਾਲਾ ਓਕੇ ਵਾ ਸੇਵਨੇ ਯੋਗ ਸੰਤ ਜਨਾਂ ਨੂੰ ਮਨ ਕਰਕੇ ਵੀ ਸੇਵਨਾ ਕਰਾਂ ਤਨ ਕਰਕੇ ਵੀ ਸੇਵਨਾ ਕਰਾਂ ਅਤੇ ਬਾਣੀ ਕਰਕੇ ਵੀ ਸੇਵਨਾ ਕਰਾਂ ਵਾ ਦੁਨੀਆਂ ਦੇ ਸੇਵਨੇ ਵਾਲੇ ਇੰਦਰ ਆਦਿਕ ਦੇਵਤੇ ਤਿਨਾਂ ਦੇ ਸੇਵਨੇ ਵਾਲੇ ਬ੍ਰਹਮਾ ਆਦ ਵੱਡੇ ਦੇਵਤੇ ਅਤੇ ਉਹਨਾਂ ਵੱਡੇ ਦੇਵਤਿਆਂ ਦੇ ਦੁਆਰਾ ਸੇਵਨੇ ਯੋਗ ਜੋ ਸਾਧ ਜਨ ਹਨ ਉਹਨਾਂ ਨੂੰ ਤਿੰਨੇ ਸਮਿਆਂ ਵਿੱਚ ਸੇਵਨਾ ਕਰ ਤੇ ਕਿਰਤਾਏ ਕੀਏ ਪੁਨਾ ਉਹਨਾਂ ਦੀ ਸੇਵਾ ਟਹਿਲ ਰੂਪੀ ਕਿਰਤਾਏ ਕਿਰਤਕਾਰ ਨੂੰ ਹਮੇਸ਼ਾ ਕਰਨਾ ਕਰ ਵਾ ਉਹਨਾਂ ਦੀ ਸੰਗਤ ਵਿੱਚ ਮਿਲ ਕੇ ਸਦਾ ਪ੍ਰਭੂ ਦਾ ਕਿਰਤਾਏ ਕੀਰਤਨ ਕਰ ਅਪੈ দান ਪਾਵੋ ਪੁਰਖ ਦਾਤੇ ਮਿਲ ਸੰਗਤ ਹਰ ਗੁਣ ਗਾਏ ਏ ਏ ਦਾਤੇ ਦਾਤਾਰ ਤੇ ਪੁਰਖ ਪੂਰਨ ਵਿਆਪਕ ਪ੍ਰਭੂ ਵਾਹਿਗੁਰੂ ਜੀ ਮੈਨੂੰ ਅਪੈ ਨਿਰਪੈਤਾ ਦੀ ਪਦਵੀ ਦਾ দান ਪਉਣਾ ਕਰ ਹੇ ਹਰ ਹਰੀ ਮੈਂ ਤੇਰੀ ਸੰਗਤ ਵਿੱਚ ਮਿਲ ਕਰਕੇ ਤੇਰੇ ਗੁਣ ਗਾਇਨ ਕਰਦਾ ਰਾਂ ਰਸਨਾ ਅਗਹਿ ਅਗਹਿ ਗੁਣ ਰਾਤੀ ਨੈਣ ਦਰਸ ਰੰਗ ਲਾਏ ਹੇ ਪ੍ਰਭੂ ਸਾਡੀ ਰਸਨਾ ਜੀਬਾ ਤੇਰੇ ਅਗਹਿ ਅਗਹਿ ਭਾਵ ਅਗਾਦ ਤੋਂ ਅਗਾਦ ਗੁਣਾ ਵਿੱਚ ਰੰਗੀ ਰਹੇ ਵਾਹਿ ਅਗਹਿ ਅਗਾਦ ਸਰੂਪ ਹਰੀ ਤੇਰੇ ਅਗਾਦ ਗੁਣਾ ਵਿੱਚ ਸਾਡੀ ਪ੍ਰੀਤ ਰੂਪੀ ਰਸਨਾ ਰੰਗੀ ਰਹੇ ਅਤੇ ਸਾਡੇ ਨੈਣ ਨੇਤਰ ਤੇਰੇ ਦਰਸ਼ਨਾਂ ਵਿੱਚ ਰੰਗ ਪ੍ਰੇਮ ਲਾਉਣਾ ਕਰਨ ਹੋਹ ਕਿਰਪਾਲ ਦੀਨ ਦੁਖ ਪੰਜਨ ਮੋਹ ਚਰਨ ਹਿਰਦੈ ਵਸਾਏ हे ਦੀਨ ਗਰੀਬ ਨਿਮਰਤਾ ਵਾਲਿਆਂ ਦੇ ਦੁੱਖਾਂ ਨੂੰ ਪੰਜਨ ਨਾਸ਼ ਕਰਨ ਵਾਲੇ ਪ੍ਰਭੂ ਮੇਰੇ ਉੱਪਰ ਕਿਰਪਾਲ ਮਿਹਰਬਾਨ ਹੋਣਾ ਕਰ ਅਤੇ ਮੇਰੇ ਹਿਰਦੈ ਅੰਦਰ ਆਪਣੇ ਚਰਨ ਕਮਲ ਵਸਾਉਣਾ ਕਰ ਸਭੂ ਤਲੈ ਤਲੈ ਸਭ ਉਪਰ ਇਹ ਦ੍ਰਿਸ਼ਟ ਦਸਟਾਏ ਜਿਸ ਪ੍ਰਕਾਰ ਧੂੜੀ ਸਾਰਿਆਂ ਦੇ ਪੈਰਾਂ ਦੇ ਤਲੈ ਹੀਟਾ ਹੁੰਦੀ ਅਤੇ ਤਲੈ ਹੀਟੋਂ ਉੱਡ ਕੇ ਸਾਰਿਆਂ ਦੇ ਉੱਤੇ ਪੈ ਜਾਂਦੀ ਇਉਂ ਜੋ ਮਨੁੱਖ ਸਭ ਦੇ ਚਰਨਾਂ ਦੀ ਧੂੜ ਹੋ ਕੇ ਰਹਿੰਦਾ ਭਾਵ અત્યੰਤ ਨਿਮਰਤਾ ਦੀ ਸਹਿਤ ਰਹਿੰਦਾ ਹੈ ਉਹ ਨਿਮਰਤਾ ਵਾਲਾ ਸਭ ਤੋਂ ਉੱਪਰ ਭਾਵ ਸਭ ਦਾ ਸ਼ਰੋਮਣੀ ਬਣ ਜਾਂਦਾ ਕੇ ਪ੍ਰਭੂ ਇਸ ਕਰਕੇ ਮੈਨੂੰ ਵੀ ਇਹ ਦ੍ਰਿਸ਼ਟ ਦ੍ਰਿਸ਼ਟੀ ਦ੍ਰਿਸ਼ਟਵਣਾ ਕਰ ਦਿਖਾਉਣਾ ਕਰ ਪਾਵ ਨਿਮਰਤਾ ਦੀ ਸਹਿਤ ਕਰ ਅਭਿਮਾਨ ਖੋਏ 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 ਕੋਈ ਹੋ ਮੋਕੋ ਸਤਗੁਰ ਮੰਤਰ ਦਿਰੜਾਏ हे ਪ੍ਰਭੂ ਮੈਂ ਅਭਿਮਾਨ ਹੰਕਾਰ ਦੀ ਖੋਏ ਆਦਤ ਨੂੰ ਮਨ ਕਰਕੇ ਵੀ ਖੋਏ ਮੇਟਣਾ ਕਰ ਬਾਣੀ ਕਰਕੇ ਵੀ ਖੋਏ ਗਵਾਉਣਾ ਕਰ ਅਤੇ ਸਰੀਰ ਕਰਕੇ ਵੀ ਖੋਈ ਹੋ ਗਵਾਉਣਾ ਕਰ ਵਾ ਜਿਹੜੀ ਹੰਕਾਰ ਆਦਿ ਵਿਕਾਰਾਂ ਦੀ ਖੋਏ ਆਦਤ ਹੈ ਇਹ ਸ਼ੁਭ ਗੁਣਾਂ ਦੇ ਖੋਏ ਸੁਭਾਅ ਨੂੰ ਮੇਟ ਦਿੰਦੀ ਇਸ ਲਈ ਇਸ ਨੂੰ ਖੋਈ ਹੋ ਨਿਵਰਤ ਕਰੋ ਵਾ ਅਭਮਾਨ ਦੀ ਆਦਤ ਨੂੰ ਮੇਟਣਾ ਕਰੋ ਸੋ ਇਸ ਲਈ ਮੋਕੋ ਮੈਨੂੰ ਸਤਿਗੁਰੂ ਜੀ ਤੇਰਾ ਨਾਮ ਰੂਪੀ ਮੰਤਰ ਦ੍ਰਿੜ ਪਰਪੱਕ ਕਰਵਾ ਦੇਣ ਅਤਲ 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 ਨਹਿ ਤੁਲਿਐ ਭਗਤ ਵਛਲ ਕਿਰਪਾਏ हे प्रभु तू वेदਾਂ ਕਰਕੇ ਵੀ अतुल ਤੋਲਣ ਵਿਚਾਰਨ ਤੋਂ ਰਹਿਤ ਹੈ ਸ਼ਾਸਤਰਾਂ ਕਰਕੇ ਵੀ अतुल ਤੋਲਣ ਵਿਚਾਰਨ ਤੋਂ ਰਹਿਤ ਹੈ ਸਿਮਰਤیاں ਕਰਕੇ ਵੀ अतुल ਤੋਲਣ ਵਿਚਾਰਨ ਤੋਂ ਰਹਿਤ ਹੈ ਅਤੇ ਪੁਰਾਣਾ ਦੇ ਗਿਆਨ ਕਰਕੇ ਵੀ ਤੋਲਿਆ ਵਿਚਾਰਿਆ ਨਹੀਂ ਜਾ ਸਕਦਾ अथवा ਸਤਜੁਗ ਵਿੱਚ ਵੀ ਤੋਲਣ ਤੋਂ ਰਹਿਤ ਸੀ ਤ੍ਰੇਤੇ ਵਿੱਚ ਵੀ ਤੋਲਣ ਤੋਂ ਰਹਿਤ ਸੀ ਦੁਆਪਰ ਵਿੱਚ ਵੀ ਤੋਲਣ ਤੋਂ ਰਹਿਤ ਸੀ ਅਤੇ ਹੁਣ ਕਾਲ ਯੁਗ ਵਿੱਚ ਵੀ ਤੋਲਿਆ ਵਿਚਾਰਿਆ ਨਹੀਂ ਜਾ ਸਕਦਾ ਪਾਤਸ਼ਾਹ ਅੱਗੇ ਕਿਰਪਾ ਕਰ ਰਿਹਾ ਜੋ ਜੋ ਸ਼ਰਣ ਪਰਿਓ ਗੁਰੂ ਨਾਨਕ ਅਪੈ ਦਾਨ ਸੁਖ ਪਾਏ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਕਥਨ ਕਰ ਰਿਹਾ ਕਿ हे ਪ੍ਰਭੂ ਜਿਹੜਾ ਜਿਹੜਾ ਮਨੁੱਖ ਵੀ ਤੇਰੀ ਸ਼ਰਣ ਓਟ ਵਿੱਚ ਪਿਆ ਹੈ ਉਸ ਨੂੰ ਤੂੰ ਅਪੈ ਨਿਰਪੈਤਾ ਦੀ ਪਦਵੀ ਦਾ ਦਾਨ ਦਿੱਤਾ ਹੈ ਅਤੇ ਉਸ ਨੇ ਸਾਰੇ ਸੁਖ ਪਾ ਲਏ ਹਨ ਬਿਲਾਵਲ ਮਹੱਲਾ ਪੰਜਵਾ ਪ੍ਰਭ ਜੀ ਤੂੰ ਮੇਰੇ ਪ੍ਰਾਨ ਆਧਾਰ ਹੈ ਏ ਪ੍ਰਭੂ ਜੀ ਪ੍ਰਮਾਤਮਾ ਜੀਓ ਵਾਹਿਗੁਰੂ ਜੀਓ ਤੂੰ ਹੀ ਮੇਰੇ ਪ੍ਰਾਣਾ ਜ਼ਿੰਦਗੀ ਦਾ ਆਧਾਰ ਹੈ ਆਸਰਾ ਰੂਪ ਹੈ ਨਮਸਕਾਰ ਡੰਡਉਤ ਬੰਦਨਾ ਅਨਕ ਬਾਰ ਜਾਓ ਬਾਰਹਿ ਰਹਾਉ ਮੈਂ ਤੈਨੂੰ ਮਨ ਕਰਕੇ ਨਮਸਕਾਰ ਪ੍ਰਮਾਨ ਪ੍ਰਣਾਮ ਕਰਦਾ ਅਤੇ ਸਰੀਰ ਕਰਕੇ ਡੰਡੇ ਵਤ ਲੰਮਾ ਬੈ ਕੇ ਮੱਥਾ ਟੇਕਦਾ ਅਤੇ अनेका ਵਾਰੀ ਤੇਰੇ ਉਪਰ ਬਲਹਾਰ ਕੁਰਬਾਨ ਜਾਂਦਾ ਰਹਾਉ ਉਠਤ ਬੈਠਤ ਸੋਵਤ ਜਾਗਤ ਇਹ ਮਨ ਤੋ ਜਹ ਚਿਤਾਰੈ हे ਪ੍ਰਭੂ ਪ੍ਰਤਖ ਉਠਦਿਆਂ ਬੈਠਦਿਆਂ ਸੁੱਤਿਆਂ ਅਤੇ ਜਾਗਦਿਆਂ ਵਾਹ ਸੰਸਾਰ ਵੱਲੋਂ ਉਪਰਾਮ ਹੁੰਦਿਆਂ ਸਮਾਦੀ ਵਿੱਚ ਬੈਠਦਿਆਂ ਇਸਤਤ ਹੁੰਦਿਆਂ ਨਿਰਵਕਲਪ ਸਮਾਧੀ ਵਿੱਚ ਸੁੱਤਿਆਂ ਅਤੇ ਗਿਆਨ ਅਵਸਥਾ ਵਿੱਚ ਜਾਗਦਿਆਂ ਹੋਇਆਂ ਇਹ ਮੇਰਾ ਮਨ ਤੈਨੂੰ ਹੀ ਚਿਤਾਰੇ ਚੇਤੇ ਕਰਦਾ ਰਹੇ ਸੂਖ ਦੁਖ ਇਸ ਮਨ ਕੀ ਬਿਰਥਾ ਤੁਝ ਹੀ ਆਗੇ ਸਾਰੇ ਹੇ ਪ੍ਰਭੂ ਵਾਹਿਗੁਰੂ ਜੀ ਆਪਣੀ ਇਸ ਮਨ ਦੀ ਸੁਖ ਦੁਖ ਨੂੰ ਅਨੁਭਵ ਕਰਨ ਵਾਲੀ ਬਿਰਥਾ ਪੀੜਾ ਤੇਰੇ ਹੀ ਅੱਗੇ ਆਗੇ ਸਨਮੁਖ ਸਾਰੇ ਉਚਾਰਨ ਕਰਕੇ ਕਹਿੰਦਾ ਹਾਂ ਇਸ ਅਵਸਥਾ ਵਿੱਚ ਮਨ ਨੂੰ ਇੱਕ ਰਸ ਇਸਤਿਤ ਕਰ ਦੇਵੋ ਤੂੰ ਮੇਰੀ ਊਟ ਬਲ ਬੁੱਧ ਤਨ ਤੁਮਹੀ ਤੁਮਹਿ ਮੇਰਾ ਪਰਵਾਰ ਹੈ हे ਪ੍ਰਭੂ ਤੂੰ ਹੀ ਮੇਰੀ ਇਹ ਲੋਕ ਵਿੱਚ ਊਟ ਢੇਗ ਹੈ ਮੇਰਾ ਬਲ ਜੋਰ ਬੁੱਧ ਮਤ ਧਨ ਦੌਲਤ ਵੀ ਤੂੰ ਹੀ ਹੈ ਅਤੇ ਤੂੰ ਹੀ ਮੇਰਾ ਪਰਵਾਰ ਹੈ ਪਰਵਾਰ ਹੈ ਵਾ ਲੋਕ ਪਰਲੋਕ ਵਿੱਚ ਤੂੰ ਹੀ ਮੇਰੀ ਊਟ ਹੈ ਵਿਵੇਕ ਰੂਪੀ ਬਲ ਆਤਮ ਸ਼ੈਣੀ ਬੁੱਧ ਨਾਮ ਰੂਪੀ ਧਨ ਵੀ ਤੂੰ ਹੀ ਹੈ ਅਤੇ ਦੇਵੀ ਸੰਪਦਾ ਰੂਪੀ ਪਰਿਵਾਰ ਵੀ ਤੂੰ ਹੀ ਹੈ ਜੋ ਤੁਮ ਕਰੋ ਸੋਈ ਭਲ ਹਮਰੈ ਵੇਖ ਨਾਨਕ ਸੁਖ ਚਰਨਾਰੈ ਏ ਪ੍ਰਭੂ ਜੀ ਜਿਹੜਾ ਕੁਝ ਵੀ ਤੁਸੀਂ ਕਰ ਤੱਬ ਕਰੋ ਉਹੋ ਹੀ ਹਮਰੈ ਸਾਡੇ ਤਾਂ ਹੀ ਭਲਾ ਚੰਗਾ ਹੈ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਕਿ ਆਪ ਜੀ ਦੇ ਚਰਨਾਰੈ ਚਰਨ ਕਮਲ ਵੇਖ ਕਰਕੇ ਸਾਨੂੰ ਆਤਮਿਕ ਸੁਖ ਪ੍ਰਾਪਤ ਹੁੰਦਾ ਹੈ ਬਿਲਾਵਲ ਮਹੱਲਾ ਪੰਜਵਾ ਸੁਨਿਅਤ ਪ੍ਰਭ ਤਉ ਸਗਲ ਉਦਾਰਨ ਕੀ ਪ੍ਰਭ ਪਿਆਰੇ ਪ੍ਰਮਾਤਮਾ ਵੇਦਾਂ ਸ਼ਾਸਤਰਾਂ ਵਾ ਸੰਤਾਂ ਮਹਾਤਮਾਂ ਦੁਆਰਾ ਸੁਣੀਦਾ ਹੈ ਕਿ ਤੂੰ ਸਾਰੇ ਜੀਵਾਂ ਨੂੰ ਉਧਾਰਨ ਪਾਰ ਕਰਨ ਵਾਲਾ ਹੈ ਮੋਹ ਮਗਨ ਪਦ ਤ ਸੰਗ ਪ੍ਰਾਨੀ ਐਸੇ ਮਨਹਿ ਬਿਸਾਰਨ ਰਹਾਓ ਰਾਨੀ ਕੀ ਇਹ ਪ੍ਰਾਣਾਤਾਰੀ ਜੀਵ ਮੋਹ ਦੀ ਮਗਨ ਮਗਨਤਾ ਦੇ ਨਾਲ ਪਾਪੀ ਹੋਰੇ ਵਾ ਪਾਪੀ ਪੁਰਖਾਂ ਦੀ ਕੁਸੰਗਤ ਨਾਲ ਲੱਗਣ ਕਰਕੇ ਅਸੀਂ ਮੋਹ ਵਿੱਚ ਮਗਨ ਹੋ ਰਹੇ ਹਾਂ ਅਜਿਹੇ ਸੁਭਾਅ ਦੇ ਕਾਰਨ ਅਸੀਂ ਮਨ ਵਿੱਚੋਂ ਤੈਨੂੰ ਵਿਸਾਰਨ ਭੁਲਾਈ ਬੈਠੇ ਹਾਂ ਰਹਾਉ ਸੱਚ ਵਿਖਿਆਲੇ ਗਰਾਹਜ ਕੀਨੀ ਅੰਮ੍ਰਿਤ ਮਨ ਤੇ ਡਾਰਨ ਅਸੀਂ ਵਿਖਿਆ ਮਾਇਆ ਸੰਜ ਇਕੱਤਰ ਕਰਕੇ ਅਤੇ ਲੋਕਾਂ ਪਾਸੋਂ ਲੈ ਲੈ ਕਰਕੇ ਗਰਾਹਜ ਗ੍ਰਹਿਣ ਕੀਤੀ ਹੋਈ ਅਤੇ ਤੇਰਾ ਅੰਮ੍ਰਿਤ ਰੂਪੀ ਨਾਮ ਮਨ ਤੋਂ ਪਰੇ ਡਾਰਨ ਕੇ ਜੁੱਟਿਆ ਤਿਆਗਿਆ ਹੋਇਆ ਕਾਮ ਕ੍ਰੋਧ ਲੋਭ ਰਤ ਨਿੰਦਾ ਸਤ ਸੰਦੋਖ ਬਿਦਾਰਨ हे ਪ੍ਰਭੂ ਸਾਡੀ ਕਾਮ ਕ੍ਰੋਧ ਲੋਭ ਲਾਲਚ ਤੇ ਨਿੰਦਾ ਆਪ ਕੀ ਇਰਤੀ ਆਦ ਵਿਕਾਰਾਂ ਨਾਲ ਰਤ ਬ੍ਰੀਤੀ ਹੈ ਅਤੇ ਸਤ ਸੰਤੋਖ ਆਦਿ ਸ਼ੁਭ ਗੁਣਾਂ ਨੂੰ ਵਿਦਾਰਨ ਨਾਸ਼ ਕੀਤਾ ਹੋਇ ਅਸੀਂ ਇਨ ਤੇ ਕਾਢ ਲੇ ਮੇਰੇ ਸੁਆਮੀ ਖਾਰ ਪਰੇ ਤੁਮ ਸਰਨ ਏ ਮੇਰੇ ਸੁਆਮੀ ਮਾਲਿਕ ਪ੍ਰਭੂ ਜੀਓ ਮੈਨੂੰ ਇਨਾ ਵਿਕਾਰਾਂ ਦੇ ਬੰਦੀਖਾਨੇ ਤੋਂ ਬਾਹਰ ਕੱਢ ਲਵੋ ਅਸੀਂ ਸਾਰੇ ਪਾਸਿਆਂ ਤੋਂ ਹਾਰ ਅੰਭ ਕੇ ਤੇਰੀ ਸ਼ਰਨ ਵਿੱਚ ਪਏ ਹਾਂ ਨਾਨਕ ਕੀ ਬੇਨੰਤੀ ਪ੍ਰਭ ਪੈ ਸਾਧ ਸੰਗ ਰੰਗ ਤਾਰਨ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਆ ਕਿ ਪ੍ਰਭੂ ਪਿਆਰੇ ਸਾਡੇ ਜਨਾਂ ਦੀ ਤੇਰੇ ਪਹਿ ਭਾਵ ਪਾਸ ਬੇਨਤੀ ਬੇਨੰਤੀ ਅਰਜ਼ੋਈ ਹੈ ਕਿ ਤੂੰ ਮੈਨੂੰ ਨਾਮ ਰੂਪੀ ਤੋਂ ਤੋਂ ਹੀਣੇ ਕੰਗਾਲ ਨੂੰ ਆਪਣੀ ਸਾਧ ਸੰਗਤ ਦੁਆਰਾ ਸੰਸਾਰ ਸਮੁੰਦਰ ਤੋਂ ਪਾਰ ਕਰਨਾ ਕਰ ਬਿਲਾਵਲ ਮਹੱਲਾ ਪੰਜਵਾ ਸੰਤਨ ਕੈ ਸੁਨਿਅਤ ਪ੍ਰਭ ਕੀ ਬਾਤ ਹੀ ਪਾਈ ਸੰਤਨ ਕੀ ਇਹ ਸ਼ਾਂਤ ਚਿਤ ਮਹਾਤਮਾ ਜਨਾਂ ਦੇ ਪਾਸ ਪ੍ਰਭੂ ਪਿਆਰੇ ਪਰਮੇਸ਼ਰ ਦੀ ਬਾਤ ਗੱਲ ਸੁਣੀਂਦੀ ਹੈ ਕਥਾ ਕੀਰਤਨ ਆਨੰਦ ਮੰਗਲ ਤੁਨ ਪੂਰ ਰਹੀ ਦਿਨਸ ਅਰ ਰਾਤ ਰਹਾਉ ਸੰਤਾਂ ਦੀ ਸੰਗਤ ਵਿੱਚ ਕਥਾ ਕੀਰਤਨ ਦੀ ਆਨੰਦ ਤੋਂ ਮੰਗਲ ਦਾਇਕ ਤੁਨ ਆਵਾਜ਼ ਵਾ ਮੰਗਲ ਖੁਸ਼ੀਆਂ ਵਾਲੀ ਤੁਨੀ ਦਿਨ ਅਤੇ ਰਾਤ ਰਾਤਰੀ ਪੂਰਨ ਹੋ ਰਹੀ ਰਹਾਉ ਬਿਸਰਾਮ ਦੇ ਕੇ ਭਰਮਾਉਂਦੇ ਕਰ ਕਿਰਪਾ ਆਪਣੇ ਪ੍ਰਭ ਕੀਨੇ ਨਾਮ ਆਪਣੇ ਕੀ ਕੀਨੀ ਦਾਤ ਏ ਭਾਈ ਪ੍ਰਭੂ ਨੇ ਆਪਣੀ ਮਿਹਰ ਦੀ ਦ੍ਰਿਸ਼ਟੀ ਕਰਕੇ ਉਹ ਸੰਤ ਜਨ ਆਪ ਨੇ ਦਾਸ ਬਣਾਉਣਾ ਕੀਤੇ ਹਨ ਅਤੇ ਉਹਨਾਂ ਨੂੰ ਆਪ ਦੇ ਨਾਮ ਦੀ ਦਾਤ ਦੇਣਾ ਕੀਤੇ ਹੈ ਆਠ ਪਹਿਰ ਗੁਨ ਗਾਵਤ ਪ੍ਰਭ ਕੀਨ ਕਾਮ ਕ੍ਰੋਧ ਇਸ ਤਨ ਤੇ ਜਾਤ ਉਹ ਸੰਤ ਜਨ ਆਠ ਪਹਿਰ ਅਠੇ ਪਹਿਰ ਪਾਵ ਰਾਤ ਦਿਨ ਪ੍ਰਮਾਤਮਾ ਦੇ ਗੁਣ ਗਾਉਂਦੇ ਰਹਿੰਦੇ ਜਿਸ ਕਰਕੇ ਉਹਨਾਂ ਦੇ ਇਸ ਤਨ ਸਰੀਰ ਤੋਂ ਕਾਮ ਕ੍ਰੋਧ ਆਦ ਵਿਕਾਰ ਨਾਸ਼ ਹੋ ਜਾਂਦੇ ਤ੍ਰਿਪਤ ਅਗਾਏ ਪੀਕ ਪ੍ਰਭ ਦਰਸ਼ਨ ਅੰਮ੍ਰਿਤ ਹਰ ਰਸ ਭੋਜਨ ਖਾਤ ਉਹ ਸੰਤ ਜਨ ਪ੍ਰਮਾਤਮਾ ਦੇ ਦਰਸ਼ਨ ਦੀਦਾਰ ਕਰਕੇ ਇਸ ਲੋਕ ਦੇ ਪਦਾਰਥਾਂ ਵੱਲੋਂ ਵੀ ਰੱਜ ਗਏ ਅਤੇ ਪ੍ਰਲੋਕ ਸਵਰਗ ਆਦ ਦੇ ਪਦਾਰਥਾਂ ਵੱਲੋਂ ਵੀ ਰਜ ਗਏ ਹਨ ਵਾ ਆਤਮ ਤ੍ਰਿਪਤੀ ਕਰਕੇ ਰਜ ਗਏ ਹਨ ਅਤੇ ਪ੍ਰਮਾਤਮਾ ਦਾ ਨਾਮ ਅੰਮ੍ਰਿਤ ਰੂਪੀ ਭੋਜਨ ਪ੍ਰੇਮ ਨਾਲ ਖਾਂਦੇ ਆ ਚਰਨ ਸਰਨ ਨਾਨਕ ਪ੍ਰਭ ਤੇਰੀ ਕਰ ਕਿਰਪਾ ਸੰਤ ਸੰਗ ਮਿਲਾਤ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਆ ਕਿ हे ਪ੍ਰਭ ਪ੍ਰਮਾਤਮਾ ਅਸੀਂ ਤੇਰੇ ਚਰਨਾਂ ਦੀ ਸਰਨ ਓਟ ਵਿੱਚ ਪਏ ਹਾਂ ਕਿਰਪਾ ਮਿਹਰ ਕਰਕੇ ਐਸੇ ਸੰਤ ਸੰਗ ਸੰਤ ਜਨਾ ਦੀ ਸੰਗਤ ਵਿੱਚ ਮਿਲਾਉਣਾ ਕਰ ਵਾਹੇ ਗੁਰੂ ਵਾਹੇ ਗੁਰੂ ਵਾਹੇ ਹੇ hey, ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ